ਚੌਧਰੀ ਸਾਹਿਬ, ਇੱਕ ਸੀਸੀਟੀਵੀ ਫੁਟੇਜ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ, ਕੀ ਉਹ ਮਾਮਲਾ ਸਾਰਾ ਦਿਓ ਜਾਣਕਾਰੀ? ਮੈਂ ਨਾ ਆਪਣੀ ਕੋਠੀ ਦੇ ਬਾਹਰ ਥੜੀ ਬਣਵਾ ਰਿਹਾ ਸੀਗਾ, ਅਤੇ ਥੜੀ ਬਣਵਾਉਣ ਤੋਂ ਬਾਅਦ ਮੈਂ ਰਾਤ ਨੂੰ, ਕਿਉਂਕਿ ਰੋਡ 'ਤੇ ਘਰ ਹੋਣ ਕਰਕੇ, ਮੈਂ ਉਹਨੂੰ ਸੇਫਟੀ ਪਰਪਜ਼ ਲਈ ਅੰਦਰੋਂ ਆਪਣਾ ਇੱਕ ਗਮਲਾ ਚੱਕ ਕੇ ਅਤੇ ਰੱਖਤਾ ਸਾਈਡ 'ਤੇ ਕਿ ਚਲੋ ਇੱਕ ਤਾਂ ਸਾਈਡ 'ਤੇ ਰਹੂਗਾ ਔਰ ਥੜੀ ਦਾ ਬਚਾਅ ਰਹੂਗਾ। ਪਰ ਜਦੋਂ ਮੈਂ ਸਵੇਰੇ ਉੱਠ ਕੇ ਦੇਖਿਆ ਅਤੇ ਰਾਤ ਨੂੰ 3:45 ਵਜੇ ਉਹ ਗਮਲਾ 2 ਸ਼ਰਾਰਤੀ ਅਨਸਰਾਂ ਵੱਲੋਂ ਚੱਕਿਆ ਗਿਆ। ਗਮਲੇ ਦੀ ਮੈਨੂੰ ਉੱਨੀ ਨਹੀਂ ਪ੍ਰੋਬਲਮ ਹੋਈ ਜਿੰਨਾ ਕਿ ਮੈਂ ਦੇਖਿਆ ਕਿ ਉਹਨਾਂ ਦੇ ਕੋਲ ਹਥਿਆਰ ਸੀਗੇ। ਮੈਂ ਇਹ ਸੋਚ ਰਿਹਾ ਕਿ ਸਾਡਾ ਘਰ ਜਿਹੜਾ ਰੋਡ ਦੇ ਉੱਤੇ ਹੋਣ ਕਰਕੇ ਜਿੰਨੇ ਵੀ ਸਾਡੇ ਮੁਹੱਲੇ ਵਾਲੇ ਜਾਂ ਹੋਰ 12 ਵਜੇ ਤੱਕ ਤਾਂ ਸੈਰ ਹੀ ਕਰਦੇ ਰਹਿੰਦੇ ਹੈ, ਅਗਰ ਕੋਈ ਉਸ ਟਾਈਮ ਦੇ ਦੌਰਾਨ ਇੱਦਾਂ ਦਾ ਵਾਕਿਆ ਹੁੰਦਾ ਅਤੇ ਕੋਈ ਰੋਕਦਾ ਅਤੇ ਉਹਦੇ 'ਤੇ ਹਮਲਾ ਕਰਦੇ, ਉਹਦਾ ਕੀ ਬਣਦਾ? ਸੋ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਸਾਡੇ ਰੋਡ 'ਤੇ ਕੋਈ ਵੀ ਸਿਕਿਉਰਿਟੀ ਹੈ ਨਹੀਂ ਗੀ ਕਿਸੇ ਤਰ੍ਹਾਂ ਦੀ ਵੀ, ਕਿ ਇੱਕ ਛੋਟੀ ਜਿਹੀ ਚੀਜ਼ ਚੱਕਣ ਵਾਸਤੇ ਵੀ ਤੁਸੀਂ ਇੰਨੇ ਵੱਡੇ ਹਥਿਆਰ ਲੈ ਕੇ ਆਉਂਦੇ ਹੋ। ਸੋ ਮੈਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਕਿ ਇਹਨਾਂ ਸ਼ਰਾਰਤੀ ਅਨਸਰਾਂ 'ਤੇ ਨੱਥ ਪਾਈ ਜਾਵੇ ਅਤੇ ਜਲਦੀ ਤੋਂ ਜਲਦੀ ਇਹ ਫੜੇ ਜਾਣ। ਚੌਧਰੀ ਸਾਹਿਬ, ਇੱਕ ਸੀਸੀਟੀਵੀ ਫੁਟੇਜ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ, ਕੀ ਉਹ ਮਾਮਲਾ ਸਾਰਾ ਦਿਓ ਜਾਣਕਾਰੀ? ਮੈਂ ਨਾ ਆਪਣੀ ਕੋਠੀ ਦੇ ਬਾਹਰ ਥੜੀ ਬਣਵਾ ਰਿਹਾ ਸੀਗਾ, ਅਤੇ ਥੜੀ ਬਣਵਾਉਣ ਤੋਂ ਬਾਅਦ ਮੈਂ ਰਾਤ ਨੂੰ, ਕਿਉਂਕਿ ਰੋਡ 'ਤੇ ਘਰ ਹੋਣ ਕਰਕੇ, ਮੈਂ ਉਹਨੂੰ ਸੇਫਟੀ ਪਰਪਜ਼ ਲਈ ਅੰਦਰੋਂ ਆਪਣਾ ਇੱਕ ਗਮਲਾ ਚੱਕ ਕੇ ਅਤੇ ਰੱਖਤਾ ਸਾਈਡ 'ਤੇ ਕਿ ਚਲੋ ਇੱਕ ਤਾਂ ਸਾਈਡ 'ਤੇ ਰਹੂਗਾ ਔਰ ਥੜੀ ਦਾ ਬਚਾਅ ਰਹੂਗਾ। ਪਰ ਜਦੋਂ ਮੈਂ ਸਵੇਰੇ ਉੱਠ ਕੇ ਦੇਖਿਆ ਅਤੇ ਰਾਤ ਨੂੰ 3:45 ਵਜੇ ਉਹ ਗਮਲਾ 2 ਸ਼ਰਾਰਤੀ ਅਨਸਰਾਂ ਵੱਲੋਂ ਚੱਕਿਆ ਗਿਆ। ਗਮਲੇ ਦੀ ਮੈਨੂੰ ਉੱਨੀ ਨਹੀਂ ਪ੍ਰੋਬਲਮ ਹੋਈ ਜਿੰਨਾ ਕਿ ਮੈਂ ਦੇਖਿਆ ਕਿ ਉਹਨਾਂ ਦੇ ਕੋਲ ਹਥਿਆਰ ਸੀਗੇ। ਮੈਂ ਇਹ ਸੋਚ ਰਿਹਾ ਕਿ ਸਾਡਾ ਘਰ ਜਿਹੜਾ ਰੋਡ ਦੇ ਉੱਤੇ ਹੋਣ ਕਰਕੇ ਜਿੰਨੇ ਵੀ ਸਾਡੇ ਮੁਹੱਲੇ ਵਾਲੇ ਜਾਂ ਹੋਰ 12 ਵਜੇ ਤੱਕ ਤਾਂ ਸੈਰ ਹੀ ਕਰਦੇ ਰਹਿੰਦੇ ਹੈ, ਅਗਰ ਕੋਈ ਉਸ ਟਾਈਮ ਦੇ ਦੌਰਾਨ ਇੱਦਾਂ ਦਾ ਵਾਕਿਆ ਹੁੰਦਾ ਅਤੇ ਕੋਈ ਰੋਕਦਾ ਅਤੇ ਉਹਦੇ 'ਤੇ ਹਮਲਾ ਕਰਦੇ, ਉਹਦਾ ਕੀ ਬਣਦਾ? ਸੋ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਸਾਡੇ ਰੋਡ 'ਤੇ ਕੋਈ ਵੀ ਸਿਕਿਉਰਿਟੀ ਹੈ ਨਹੀਂ ਗੀ ਕਿਸੇ ਤਰ੍ਹਾਂ ਦੀ ਵੀ, ਕਿ ਇੱਕ ਛੋਟੀ ਜਿਹੀ ਚੀਜ਼ ਚੱਕਣ ਵਾਸਤੇ ਵੀ ਤੁਸੀਂ ਇੰਨੇ ਵੱਡੇ ਹਥਿਆਰ ਲੈ ਕੇ ਆਉਂਦੇ ਹੋ। ਸੋ ਮੈਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਕਿ ਇਹਨਾਂ ਸ਼ਰਾਰਤੀ ਅਨਸਰਾਂ 'ਤੇ ਨੱਥ ਪਾਈ ਜਾਵੇ ਅਤੇ ਜਲਦੀ ਤੋਂ ਜਲਦੀ ਇਹ ਫੜੇ ਜਾਣ। ਚੌਧਰੀ ਸਾਹਿਬ, ਇੱਕ ਸੀਸੀਟੀਵੀ ਫੁਟੇਜ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ, ਕੀ ਉਹ ਮਾਮਲਾ ਸਾਰਾ ਦਿਓ ਜਾਣਕਾਰੀ? ਮੈਂ ਨਾ ਆਪਣੀ ਕੋਠੀ ਦੇ ਬਾਹਰ ਥੜੀ ਬਣਵਾ ਰਿਹਾ ਸੀਗਾ, ਅਤੇ ਥੜੀ ਬਣਵਾਉਣ ਤੋਂ ਬਾਅਦ ਮੈਂ ਰਾਤ ਨੂੰ, ਕਿਉਂਕਿ ਰੋਡ 'ਤੇ ਘਰ ਹੋਣ ਕਰਕੇ, ਮੈਂ ਉਹਨੂੰ ਸੇਫਟੀ ਪਰਪਜ਼ ਲਈ ਅੰਦਰੋਂ ਆਪਣਾ ਇੱਕ ਗਮਲਾ ਚੱਕ ਕੇ ਅਤੇ ਰੱਖਤਾ ਸਾਈਡ 'ਤੇ ਕਿ ਚਲੋ ਇੱਕ ਤਾਂ ਸਾਈਡ 'ਤੇ ਰਹੂਗਾ ਔਰ ਥੜੀ ਦਾ ਬਚਾਅ ਰਹੂਗਾ। ਪਰ ਜਦੋਂ ਮੈਂ ਸਵੇਰੇ ਉੱਠ ਕੇ ਦੇਖਿਆ ਅਤੇ ਰਾਤ ਨੂੰ 3:45 ਵਜੇ ਉਹ ਗਮਲਾ 2 ਸ਼ਰਾਰਤੀ ਅਨਸਰਾਂ ਵੱਲੋਂ ਚੱਕਿਆ ਗਿਆ। ਗਮਲੇ ਦੀ ਮੈਨੂੰ ਉੱਨੀ ਨਹੀਂ ਪ੍ਰੋਬਲਮ ਹੋਈ ਜਿੰਨਾ ਕਿ ਮੈਂ ਦੇਖਿਆ ਕਿ ਉਹਨਾਂ ਦੇ ਕੋਲ ਹਥਿਆਰ ਸੀਗੇ। ਮੈਂ ਇਹ ਸੋਚ ਰਿਹਾ ਕਿ ਸਾਡਾ ਘਰ ਜਿਹੜਾ ਰੋਡ ਦੇ ਉੱਤੇ ਹੋਣ ਕਰਕੇ ਜਿੰਨੇ ਵੀ ਸਾਡੇ ਮੁਹੱਲੇ ਵਾਲੇ ਜਾਂ ਹੋਰ 12 ਵਜੇ ਤੱਕ ਤਾਂ ਸੈਰ ਹੀ ਕਰਦੇ ਰਹਿੰਦੇ ਹੈ, ਅਗਰ ਕੋਈ ਉਸ ਟਾਈਮ ਦੇ ਦੌਰਾਨ ਇੱਦਾਂ ਦਾ ਵਾਕਿਆ ਹੁੰਦਾ ਅਤੇ ਕੋਈ ਰੋਕਦਾ ਅਤੇ ਉਹਦੇ 'ਤੇ ਹਮਲਾ ਕਰਦੇ, ਉਹਦਾ ਕੀ ਬਣਦਾ? ਸੋ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਸਾਡੇ ਰੋਡ 'ਤੇ ਕੋਈ ਵੀ ਸਿਕਿਉਰਿਟੀ ਹੈ ਨਹੀਂ ਗੀ ਕਿਸੇ ਤਰ੍ਹਾਂ ਦੀ ਵੀ, ਕਿ ਇੱਕ ਛੋਟੀ ਜਿਹੀ ਚੀਜ਼ ਚੱਕਣ ਵਾਸਤੇ ਵੀ ਤੁਸੀਂ ਇੰਨੇ ਵੱਡੇ ਹਥਿਆਰ ਲੈ ਕੇ ਆਉਂਦੇ ਹੋ। ਸੋ ਮੈਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦਾ ਕਿ ਇਹਨਾਂ ਸ਼ਰਾਰਤੀ ਅਨਸਰਾਂ 'ਤੇ ਨੱਥ ਪਾਈ ਜਾਵੇ ਅਤੇ ਜਲਦੀ ਤੋਂ ਜਲਦੀ ਇਹ ਫੜੇ ਜਾਣ।